ਦੇ ਆ ਕਿਧਰੇ ਪੈਣ ਕਵੱਡੀਆਂ ਤੇ ਕਿਧਰੇ ਘੋਲ ਪੰਜਾਬੀਆਂ ਦੇ ਕਿਧਰੇ ਪੈਣ ਕਵੱਡੀਆਂ ਤੇ ਕਿਧਰੇ ਘੋਲ ਪੰਜਾਬੀਆਂ ਦੇ ਵਾਕੇ ਕਹਿੰਦੇ ਮਾਂ ਖੇਡ ਕੁਸ਼ਤੀ ਜਿਹੜੀ ਇਸ ਸਮੇਂ ਮੈਦਾਨ ਦੇ ਵਿੱਚ ਚੱਲਦੀ ਹੈ ਪਹਿਲਵਾਨਾਂ ਦਰਮਿਆਨ ਪੂਰਾ ਜ਼ੋਰ ਲੱਗਿਆ ਹੋਇਆ ਇੱਧਰ ਬਹੁਤ ਹੀ ਸਤਿਕਾਰਯੋਗ ਬਿੱਲੂ ਪਹਿਲਵਾਨ ਜੀ ਖੂਨੀ ਮਾਜਰਾ ਸਾਡੇ ਦਰਮਿਆਨ ਉੱਚੇ ਤੌਰ ਤੇ ਪਹੁੰਚੇ ਆ ਆਪਣੇ ਖਾੜੇ ਦੇ ਪਹਿਲਵਾਨਾਂ ਨਾਲ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਨੇ ਗਿੱਜੀਆਂ ਨੂੰ ਆਖਦੇ ਨਾਲ ਜੋਗਾ ਪਹਿਲਵਾਨ ਜੀ ਚਮਕੌਰ ਸਾਹਿਬ ਤੇ ਨਾਲੇ ਜੋਗਾ ਪਹਿਲਵਾਨ ਜੀ ਚਮਕੌਰ ਸਾਹਿਬ ਆਪਣੇ ਖਾੜੇ ਦੇ ਪਹਿਲਵਾਨਾਂ ਨਾਲ ਉੱਚੇ ਤੌਰ ਤੇ ਪੁੱਜੇ ਸਾਡੇ ਦਰਮਿਆਨ ਤਹਿ ਦਿਲੋਂ ਧੰਨਵਾਦ ਨੇ ਗਿੱਜੀਆਂ ਨੂੰ ਆਖਦੇ ਆ ਅਗਲੀ ਕੁਸ਼ਤੀ ਲਈ ਅਮੋ ਪਹਿਲਵਾਨ ਖਰੜ ਰਣਜੀਤ ਪਹਿਲਵਾਨ ਚੰਡੀਗੜ੍ਹ ਤਿਆਰ ਹੋ ਗਏ ਦੋਨੋਂ ਮਾਲ ਜਿਹੜੇ ਤਿਆਰ ਹੋ ਜਾਓ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਇਸ ਸਮੇਂ ਮੈਦਾਨ ਦੇ ਵਿੱਚ ਪਹਿਲੀ ਕੁਸ਼ਤੀ ਸਮਾਪਤ ਹੋਈ ਹੈ ਸਾਰੇ ਦਰਸ਼ਕ ਇਹਨਾਂ ਨੂੰ ਬੇਨਤੀ ਹੈ ਕਿ ਤਾੜੀ ਮਾਰ ਦੇ ਜ਼ੋਰਦਾਰ ਬਣਾ ਕੇ ਕਿਉਂਕਿ ਤਾੜੀ ਦੇ ਨਾਲ ਇਹਨਾਂ ਪਹਿਲਵਾਨਾਂ ਦੇ ਹੌਸਲੇ ਬੁਲੰਦ ਹੁੰਦੇ ਹੈ ਤੇ ਇਸ ਸਮੇਂ ਅਗਲੀ ਕੁਸ਼ਤੀ ਲਈ ਅਮੋ ਪਹਿਲਵਾਨ ਖਰੜ ਤੇ ਰਣਜੀਤ ਚੰਡੀਗੜ੍ਹ ਦੋਨੋਂ ਮੱਲ ਪੂਜੋ ਖਾੜੇ ਪਾਤਸ਼ਾਹ ਦੇ ਉੱਤੇ ਪਰਚੀ ਲੈ ਕੇ ਜਾਣੀ ਆਪਣੀ ਨਾਲ ਦੀ ਵਾਲੇ ਵੀ ਨੋਟ ਕਰ ਲਿਓ ਅਮੋ ਪਹਿਲਵਾਨ ਖਰੜ ਤੇ ਰਣਜੀਤ ਚੰਡੀਗੜ੍ਹ ਪਹੁੰਚੋ ਜਲਦੀ ਨਾਲ ਖਾੜੇ ਪਾਤਸ਼ਾਹ ਦੇ ਵਿੱਚ ਜਿਹੜੇ ਪਹਿਲਵਾਨ ਬਾਹਰ ਹੈ ਨੋਟ ਕਰ ਲਿਓ ਬਈ ਜਿਹੜੇ ਪਹਿਲਵਾਨ ਹਜੇ ਵੀ ਬਾਹਰ ਹੈ ਜਲਦੀ ਨਾਲ ਖਾੜੇ ਪਾਤਸ਼ਾਹ ਦੇ ਉੱਤੇ ਪਹੁੰਚੋ ਕਿਉਂਕਿ ਬਾਅਦ ਦੇ ਵਿੱਚ ਕੋਈ ਗਰੰਟੀ ਨਹੀਂ ਕੁਸ਼ਤੀਆਂ ਦੀ ਇਹ ਨੋਟ ਕਰ ਲਿਓ ਅਮੋ ਪਹਿਲਵਾਨ ਖਰੜ ਤੇ ਰਣਜੀਤ ਚੰਡੀਗੜ੍ਹ ਕਰੋ ਜੀ ਕੁਸ਼ਤੀ ਸ਼ੁਰੂ ਲੈ ਬਈ ਨੋਟ ਕਰ ਲਿਓ ਕਿ 15 ਮਿੰਟ ਦਾ ਸਮਾਂ ਹੈ 15 ਮਿੰਟ ਦੇ ਵਿੱਚ ਸਾਰੇ ਪਹਿਲਵਾਨਾਂ ਦੇ ਨਾਮ ਲਿਖੇ ਜਾਣੇ ਆ ਸੋ ਬੇਨਤੀ ਹੈ ਜਿਹੜੇ ਪਹਿਲਵਾਨ ਬਾਹਰ ਆ ਜਲਦੀ ਨਾਲ ਖਾੜੇ ਪਾਤਸ਼ਾਹ ਦੇ ਵਿੱਚ ਪਹੁੰਚੋ ਬਾਅਦ ਦੇ ਵਿੱਚ ਨਾ ਕਿ ਵੀ ਸਾਡੀ ਕੁਸ਼ਤੀ ਰਹੇਗੀ ਸੋ ਨਾਲੇ ਕਹਿੰਦੀ ਵੀ ਚਲਦੀ ਹੋਈ ਕੁਸ਼ਤੀ ਇਸ ਤੋਂ ਬਾਅਦ ਲਾਡੀ ਖਰੜ ਤੇ ਹੈਦਰ ਸਨੀ ਇਨਕਲੇਵ ਲਾਡੀ ਪਹਿਲਵਾਨ ਖਰੜ ਤੇ ਹੈਦਰ ਪਹਿਲਵਾਨ ਸਨੀ ਇਨਕਲੇਵ ਦੋਨੋਂ ਮੰਨ ਜਿਹੜੇ ਜਲਦੀ ਨਾਲ ਪਹੁੰਚੋ ਖਾੜੇ ਪਾਤਸ਼ਾਹ ਦੇ ਵਿੱਚ ਸੋ ਬੇਨਤੀ ਹੈ ਪਹਿਲਵਾਨਾਂ ਨੂੰ ਕਿ ਜਲਦੀ ਨਾਲ ਪਹੁੰਚੋ ਖਾੜੇ ਪਾਤਸ਼ਾਹ ਦੇ ਵਿੱਚ ਇੱਧਰ ਸਾਬਾ ਪਹਿਲਵਾਨ ਜੀ ਕੱਗਰਸਾ ਹੈ ਉਹ ਵੀ ਉੱਚੇਚੇ ਤੌਰ ਤੇ ਆਪਣੇ ਪਹਿਲਵਾਨਾਂ ਦੇ ਨਾਲ ਪਹੁੰਚੇ ਹੈ ਧੰਨਵਾਦ ਕਰਦੇ ਨੇ ਗਿੱਜੀਆਂ ਨੂੰ ਆਖਦੇ ਹੈ ਪਿੱਤਰ ਪਹਿਲਵਾਨ ਜੀ ਸੁਹਾਣਾ ਹੋਰ ਵੀ ਜਿੰਨੇ ਖਾੜਿਆਂ ਦੇ ਪਹਿਲਵਾਨ ਸਾਡੇ ਦਰਮਿਆਨ ਪਹੁੰਚੇ ਆ ਸਾਰਿਆਂ ਦਾ ਭਰਵਾਂ ਸਵਾਗਤ ਹੈ ਨੀ ਗਿੱਜੀਆਂ ਨੂੰ ਆਖਦੇ ਹੈ ਅਗਲੀ ਕੁਸ਼ਤੀ ਲਈ ਲਾਲੀ ਖਰੜ ਤੇ ਹੈਦਰ ਪਹਿਲਵਾਨ ਸਨੀ ਇਨਕਲੇਵ ਦੋਨੋਂ ਮੱਲ ਬਿਲਕੁਲ ਤਿਆਰ ਬੱਟਿਆਰ ਹੋ ਜਾਣਗੇ ਆਓ ਦੋਨੋਂ ਮੱਲ ਭੱਜ ਕੇ ਆਇਆ ਕਰੋ ਪਹਿਲਵਾਨਾਂ ਨੂੰ ਬੇਨਤੀ ਜਲਦੀ ਨਾਲ ਸ਼ਾਬਾਸ਼ ਵੀ ਨਾ ਪਹਿਲਵਾਨਾਂ ਦਰਮਿਆਨ ਚੱਲਦਾ ਹੋਇਆ ਮੱਲ ਯੁੱਧ ਤੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦੇ ਹੈ ਕਿ ਪਹਿਲਵਾਨਾਂ ਦੀ ਹੌਸਲਾ ਅਫਜਾਈ ਜਿਹੜੀ ਦੂਰ ਜ਼ਰੂਰ ਕਰਨੀ ਹੈ ਮਾਨ ਸਨਮਾਨ ਜ਼ਰੂਰ ਕਰਨੇ ਹੈ ਕਿਉਂਕਿ ਪਹਿਲਵਾਨਾਂ ਨੂੰ ਦਿੱਤਾ ਹੋਇਆ ਦਾਨ ਕਦੇ ਅਜਾਈ ਨਹੀਂ ਜਾਂਦਾ ਦਰਗਾਹ ਦੇ ਵਿੱਚ ਦੁੱਗਣਾ ਤਿੱਗਣਾ ਹੋ ਕੇ ਫਲਦਾ ਹੈ ਸੋ ਜਿੰਨੀ ਵੀ ਸੰਗਤ ਜਿਹੜੀ ਬਾਬਾ ਜੀ ਦੇ ਦਰਬਾਰ ਤੇ ਪੁੱਜੀ ਆ ਸਾਰਿਆਂ ਦੀਆਂ ਹਾਜ਼ਰੀਆਂ ਕਬੂਲ ਕਰਨ ਸੋ ਨਾਲ ਹੀ ਅਗਲੀ ਕੁਸ਼ਤੀ ਦੇ ਲਈ ਇੱਕ ਮਿੰਟ ਰੁਕ ਜਾਓ ਜਿੱਥੇ ਕੁਸ਼ਤੀ ਸਮਾਪਤ ਹੋਣੀ ਹੈ ਉੱਥੇ ਜਿਹੜੀ ਅਗਲੀ ਕੁਸ਼ਤੀ ਕਰਵਾਈ ਜਾਣੀ ਹੈ ਇਹ ਨੋਟ ਕਰ ਲਿਓ ਪਹਿਲਵਾਨ ਸੋ ਇੱਕ ਵਾਰ ਫਿਰ ਤੋਂ ਅਸੀਂ ਪ੍ਰਬੰਧਕੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਪਰਮਿੰਦਰ ਸਿੰਘ ਜੀ ਸੋਨੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਹਨਾਂ ਦੀ ਸਰਪ੍ਰਸਤੀ ਦੇ ਹੇਠ ਦੇਖ ਰੇਖ ਦੇ ਵਿੱਚ ਅੱਜ ਦਾ ਮਹਾਨ ਕੁਸ਼ਤੀ ਦੰਗਲ ਜਿਹੜਾ ਚੱਲ ਰਿਹਾ ਵਾਹ ਜੀ ਵਾਹ ਸ਼ਾਬਾਸ਼ ਵੀ ਪਹਿਲਵਾਨਾਂ ਦੇ ਜਿੱਥੇ ਵੀ ਕੁਸ਼ਤੀ ਸਮਾਪਤ ਹੁੰਦੀ ਹੈ ਉੱਥੇ ਜਿਹੜੀ ਅਗਲੀ ਕੁਸ਼ਤੀ ਨਾਲ ਪਹਿਲਵਾਨਾਂ ਦੀ ਕਰਾਈ ਜਾਣੀ ਹੈ ਇਹ ਨੋਟ ਕਰ ਲਿਓ ਪਰਚੀ ਆਪਣੀ ਨਾਲ ਦੀ ਨਾਲ ਲੈ ਕੇ ਜਾਣੀ ਹੈ ਇਹ ਵੀ ਗੱਲ ਜਿਹੜੀ ਨੋਟ ਕਰ ਲਈ ਸੋ ਨਾਲੇ ਕਹਿੰਦੀ ਵੀ ਚੱਲਦੀਆਂ ਹੋਈਆਂ ਕੁਸ਼ਤੀਆਂ ਨਾਲ ਪਹਿਲਵਾਨਾਂ ਦਰਮਿਆਨ ਵਾਤਾ ਸਮਝਦੀਆਂ ਹੋਣੀਆਂ ਕਿ ਕੌਣ ਜਿੱਤਦਾ ਕੌਣ ਹਰਦਾ ਇਹਨਾਂ ਨੌਜਵਾਨਾਂ ਦਰਮਿਆਨ ਲਾਡੀ ਖਰੜ ਤੇ ਹੈਦਰ ਹੱਥ ਖੜਾ ਕਰੋ ਵੀ ਲਾਡੀ ਖਰੜ ਹੈਦਰ ਪਰਚੀ ਲੈ ਜਾਓ ਹੈਦਰ ਸੋ ਨਾਲੇ ਦਰਸ਼ਕ ਵੀਰਾਂ ਦੇ ਪਹਿਲਵਾਨਾਂ ਦੀ ਜਾਣਕਾਰੀ ਦੇ ਲਈ ਅੱਜ ਦੇ ਇਸ ਦੰਗਲ ਦੇ ਵਿੱਚ ਵੱਡੀ ਚੰਡੀ ਦੇ ਜਿਹੜੇ ਨੌਜਵਾਨ ਨੇ ਕੁਸ਼ਤੀ ਲੜਨੀ ਹੈ ਪਰਮਿੰਦਰ ਪਹਿਲਵਾਨ ਡੂਮਛੇੜੀ ਭਾਰਤ ਕੇਸਰੀ ਭਾਰਤ ਮੱਲ ਸਮਰਾਟ ਦੁਨੀਆਂ ਦਾ ਰੁਸਤਮ ਪਹਿਲਵਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ ਪਹਿਲਵਾਨ ਪਰਮਿੰਦਰ ਡੂਮਛੇੜੀ ਜਿਹੜਾ ਕੁਝ ਕੁ ਸਮੇਂ ਦੇ ਵਿੱਚ ਆਪਣੇ ਦਰਮਿਆਨ ਪਹੁੰਚ ਜਾਣਾ ਉਸ ਨੌਜਵਾਨ ਨੇ ਵੀ ਕਿਉਂਕਿ ਔਰ ਸਾਡੇ ਇੱਧਰ ਪੁਰਾਣੇ ਪਹਿਲਵਾਨ ਨੇ ਉਹ ਵੀ ਜਿਹੜੇ ਆਪਣੇ ਵਿਚਾਰ ਸਾਂਝੇ ਕਰਨਗੇ ਠੀਕ ਹੈਲੋ ਲੋ ਬਈ ਮੇਰੇ ਦੋਸਤੋ ਦੋ ਮਿੰਟ ਦਾ ਟਾਈਮ ਮਿਲਿਆ ਹੈ
मैं पप्पू पहलवान भेवे के कोल पिंड संधौली तो आया, मेरिया गल्लां बड़े ध्यान नाल सुनना, कभी कम आ जाणगियां। कहिंदे उस बंदे का की जीना जिहड़ा बंदे बंदे का कर्जदार होवे, उस बंदे का की जीना जिहदा पुत्र नाग्याकार होवे, उस बंदे का की जीना जिहदे घर च कलछणी नार होवे, उस बंदे का की जीना जिहदा रब नाल प्यार होवे। इक ताड़ी मार दो भाई, पहला रब का नाम लैण जाण जरूरी है। जुए वर्गा खेड नी जे हार ना होवे, चोरी वर्गा तंदा नी जे सरकार ना होवे, भरावां वर्गी मौज नी जे तकरार ना होवे, तीनी जैड वजीर नहीं जे बदकार ना होवे, ते छड़े वर्गी मौज नी जे बीमार ना होवे। पुत्र कितना भी प्यारा हो, ज्यादा लाड लड़ाना नहीं चाहिए, लड़की कितनी सुंदर हो, कभी घर घर घुमाना नहीं चाहिए, और नारी कितनी शैणी हो, सारा भेत बताना नहीं चाहिए, बाप कितना माड़ा उन्हें ज्यादा सताना नहीं चाहिए, जिस माँ ने जन्म दिया उसका दिल दिखाना नहीं चाहिए, और भाई कितना बैरी उस तो भेद छुपाना नहीं चाहिए। नवे ज्यादा टाइम नहीं दे रहे, बस कहीं छोटी कर दे रील। बानवे बुद्धि बाणिया, तिरानवे बुद्धि तेली, सो बुद्धि सुनियार दी, सो ठग दे एक सुनियार, सो सुनियार एक बने कमियार। ना भाई मैं बंद करे।